पहुंचे हुए तलवंडी साबो जो घोड़िया का मेला गा विखाने जेडे वीर चैनल जुड़े हुए ने शेयर कर दो गुरदीप अपने ਚੰਗੀਆਂ ਨਸਲਾਂ ਦੇ ਆਓ ਚੱਲੀਏ ਇਧਰਲੇ ਪਾਸੇ ਘੋੜਿਆਂ ਦਾ ਸਮਾਨ ਪਿਆ ਹੈ ਸਮਾਨ ਦੇਖੋ ਪਹਿਲਾਂ ਤਾਂ ਸਾਥੀਆਂ ਵਗੈਰਾ ਸਤਿ ਸ਼੍ਰੀ ਅਕਾਲ ਬਾਈ ਜੀ ਜਮਾ ਉੱਤੇ ਜਿਹੜਾ ਬੈਠਾ ਮੋਦੀ ਮੈਂ ਬਲਾਡੇ ਤੋਂ ਹੀ ਨੰਬਰ ਬੋਲਿਓ ਆਪਣਾ ਨੰਬਰ ਆ ਕਾਰਡ ਹੈਗਾ ਜੀ ਆਪਣਾ ਕਾਰਡ ਦਿਖਾ ਦੋ ਕਾਠੀਆਂ ਵਗੈਰਾ ਇੰਦਰਾ ਹਾਰ ਸ਼ਿੰਗਾਰ ਦਾ ਸਮਾਨ ਪੈਣਾ ਸਾਰੀ ਇਹਦਾ ਹਾਰ ਸ਼ਿੰਗਾਰ ਤਾਂ ਰੱਖਣੀ ਪੈਣਾ ਗੱਦੀ ਦੌੜਾਂ ਲਈ ਗਏ ਹੋਏ ਨੇ ਉਧਰ ਮਿਲਾ ਬਾਈਆਂ ਕੋਲ ਇੱਕ ਨੌਕਰਾ ਘੋੜਾ ਵੀ ਸੁਣਿਆ ਬਹੁਤ ਸੋਹਣਾ ਸੋ ਰਿਜ਼ਲਟ ਵੀ ਉਹਦੇ ਆ ਚੁੱਕੇ ਨੇ ਸੋ ਬਾਈਆਂ ਨਾਲ ਕੰਟੈਕਟ ਕਰ ਲਿਓ ਹੁਣ ਇਹਨਾਂ ਬਾਈਆਂ ਬਾਰੇ ਨੰਬਰ ਵੀ ਉੱਤੇ ਦਿੱਤਾ ਆ ਰਿਹਾ ਨੌਕਰਾ ਘੋੜਾ ਪੱਕਾ ਕਲਾਂ ਵਾਲਾ ਪਿਆ ਜੀ ਸਰਾਂ ਸਟੱਡ ਫਾਰਮ ਕਲਕੱਤਾ ਸਿੰਘ ਮਾਨ ਬੰਬਈ ਮਾਨ ਰਾਜੂ ਘੋੜਾ ਕੱਦ 7 ਇੰਚ ਉਮਰ 30 ਸਾਲ ਇਹਦੀ 30 ਸਾਲ ਆ ਉਮਰ ਘੋੜੇ ਦੀ ਉਮਰ 30 ਸਾਲ ਆਹ ਦੇਖੋ ਜੀ ਵੱਡੀ ਉਮਰ ਦਾ ਘੋੜਾ ਕਲਕੱਤਾ ਸਿੰਘ ਮਾਨ ਬੰਬਈ ਸਿੰਘ ਮਾਨ ਮਈਆਂ ਦੇ ਨਾਂ ਵੀ ਰਾਜੂ ਘੋੜਾ ਕੱਦ 60 ਇੰਚ ਉਮਰ 30 ਸਾਲ ਹੈ ਜੀ ਆਹ ਘੋੜੇ ਸਾਲ ਦਾ ਘੋੜਾ ਸੋ ਦੇਖ ਸਕਦੇ ਹੋ ਤੁਸੀਂ 30 ਸਾਲ ਉਮਰ ਆਹੀ ਘੋੜਾ ਗਾ ਆਹ ਘੋੜਾ ਗਾ ਬਿਜਲੀ ਸਪੀਡ ਬਹੁਤ ਜ਼ਿਆਦਾ ਦੱਸ ਰਹੇ ਨੇ ਮੋਟਰਸਾਈਕਲ ਜੇਤੂ ਘੋੜੀ ਆ ਉਹਦੇ ਦਰਸ਼ਨ ਕਰਾਉਣੇ ਆਪਾਂ ਤੁਹਾਨੂੰ ਸੋ ਬਾਬਾ ਜੀ ਆਪਣਾ ਨਾਮ ਕੀ ਆ ਮੇਰਾ ਨਾਮ ਬਾਬਾ ਚੇਤਾ ਸਿੰਘ ਹੈ ਜੀ ਚੇਤਾ ਸਿੰਘ ਬਾਬਾ ਚੇਤਾ ਸਿੰਘ ਜੀ ਕੋਲ ਇਹ ਘੋੜੀ ਆ ਸੋ ਬਾਬਾ ਜੀ ਇੱਕ ਮਿੰਟ ਦੇਖੀਏ ਆਪਾਂ ਲੱਸੀ ਜੀ ਹੋਈ ਪਈ ਆ ਹੁੰਦਾ ਛਪੱਟਾ ਦੌੜ ਵਾਲੀ ਘੋੜੀ ਇਹਨੂੰ ਕਹਿ ਸਕਦੇ ਆਪਾਂ ਕਿੰਨੀ ਸਪੀਡ ਤੇ ਚੱਲਦੀ ਆ ਬਾਬਾ ਜੀ ਇਹ ਕੁਛ ਸਪੀਡ ਦੇਖੋ ਜੀ ਮੋਟਰਸਾਈਕਲ ਦੀ ਸਪੀਡ ਕਿੰਨੀ ਹੁੰਦੀ ਆ ਜੀ ਜੇ ਕਿਸੇ ਨੇ ਲਾ ਕੇ ਦੇਖਣਾ ਬਾਬਾ ਜੀ ਨੇ ਜੀ ਨਾਮ ਵੀ ਰੱਖਤਾ 1,00,000 ਰੁਪਇਆ ਜੇ ਕੋਈ ਘੋੜੀ ਤੋਂ ਮੋਟਰਸਾਈਕਲ ਮੂਹਰੇ ਕੱਢਦਾ ਠੀਕ ਹੈ ਜੀ ਇਹ ਐ ਨਹੀਂ ਹੈਗਾ ਜੀ ਵੀ ਹਰੇਕ ਮੋਟਰਸਾਈਕਲ ਜਿਹੜੇ ਆਪਣੇ ਆਮ ਮੋਟਰਸਾਈਕਲ ਨੇ ਮੈਂ ਵੱਡਾ ਮੋਟਰਸਾਈਕਲ ਦਿੱਤਾ ਜੀ ਏਰੀਏ ਤੋਂ ਪੁੱਛਣਾ ਕਿਸੇ ਬੰਦੇ ਨੂੰ ਇਸ ਘੋੜੀ ਨਾਲ ਵੋਲਟੀ ਹਾਂ ਜੀ ਵੋਲਟਾ ਪੁਲਿਸ ਵਾਲਾ ਵੋਲਟਾ ਹਾਂ ਪੁਲਿਸ ਵਾਲਾ ਵੋਲਟ ਜੇ ਤੂੰ ਘੋੜੀ ਅੱਜ ਦਰਸ਼ਨ ਕਰਾਉਣ ਜਾ ਰਹੇ ਹਾਂ ਬਾਬਾ ਜੀ ਉਹਨਾਂ ਦਾ ਕੋਈ ਰਿਕਾਰਡ ਉਹ ਕੁੜੀਆਂ ਦਾ ਬੱਚਿਆਂ ਵਾਸਤੇ ਇਹ ਕਿਹੜੀ ਬਲੱਡ ਲੈਣ ਚੋਂ ਆ ਗਈ ਜੀ
ਰਾਜਸਥਾਨ ਤੋਂ ਮਾੜ ਮਾਰਵਾੜੀ ਕਹਿੰਦੇ ਨੇ ਮਾਲਵਾੜੀ ਘੋੜੀ ਬੱਚਾ ਜਿਉਣਾ ਮੌੜੀ ਬਣਾ ਜਾਂਦਾ ਗਾ ਮੱਝੂ ਕੇ ਲੈਣ ਦੀ ਘੋੜੀ ਕਿਹੜੇ ਘੋੜੇ ਦੀ ਆ ਬਾਬਾ ਜੀ ਇਹ ਬੱਚੀ ਹਾਂਜੀ ਬਾਬਾ ਮੇਰੇ ਹਿਸਾਬ ਨਾਲ ਜੋਰਾ ਸਿੰਘ ਹੈ ਨਾ ਕੱਦ ਬਹੁਤ ਹੈ ਬਾਈ ਘੋੜੀ ਦਾ ਮੇਲੇ ਦੇ ਵਿੱਚ ਪਹਿਲੇ ਨੰਬਰ ਤੇ ਤੁਰਦੀ ਆ ਘੋੜੀ ਕਿੰਨਾ ਕੱਦ ਹੋ ਜੀ ਦਾ ਕੱਦ ਕਿੰਨਾ ਹੋ ਜੀ ਦਾ ਕੱਦ ਘੋੜੀ ਦਾ ਜੀ ਕਿਆ ਚੀਜ਼ ਆ ਸਰੀਰ ਡੋਲ ਪੱਖੋਂ ਘੋੜੀ ਬਹੁਤ ਹੀ ਸੋਹਣੀ ਆ ਬਾਬਾ ਜੀ ਬਾਬਾ ਚੇਤਾ ਸਿੰਘ ਕੋਲੇ ਘੋੜੀ ਹੈ ਨਾ ਤਲਵੰਡੀ ਸਾਬੋ ਬਾਬਾ ਜੀ ਰਹਿਣਾ ਬਸੇਰਾ ਕਿੱਥੇ ਆਪਣਾ ਰਹਿਣ ਬਸੇਰਾ ਜੀ ਆਪਣਾ ਵੀਡੀਓ ਬਲਾਕ ਕੋਲੇ ਆ ਜੀ ਕਲਕੱਤਾ ਸਿੰਘ ਮੇਰੇ ਨਾਉਣ ਨਾਲ ਆ ਜੀ ਮੌੜ ਕਲਕੱਤਾ ਸਿੰਘ ਮੇਰਾ ਮੈਂ ਉਹਦਾ ਮਾਸੜ ਆ ਜੀ ਅੱਛਾ ਠੀਕ ਆ ਜਿਹੜਾ ਰੱਖੀਏ ਲਾਉਣ ਵਾਲਾ ਘੋੜੀਆਂ ਠੀਕ ਆ ਮੈਂ ਮੇਰੀ ਸਮਾਈ ਆ ਜੀ ਠੀਕ ਆ ਬਾਬਾ ਸਾਉਂਦਾ ਬਾਈ ਸਮਾਈ ਵੀ ਬਹੁਤ ਸੋਹਣੀ ਆ ਬਾਬਾ ਜੀ ਰੂਹ ਖੁਸ਼ ਹੋ ਗਈ ਬਾਬਾ ਤੇਰੇ ਬੱਚੇ ਦੇਖ ਕੇ ਨਾ ਜਾਨਵਰ ਦੇਖ ਕੇ ਤੁਹਾਡੇ ਹੈ ਨਾ ਕਹਿੰਦੇ ਜੀ ਆਪਣੇ ਅੰਦਰ ਇੱਥੇ ਘੋੜੀ ਲਾ ਕੇ ਚੋਰ ਕੇ ਦਿਖਾ ਦਿਓ ਹਾਂਜੀ ਠੀਕ ਹੈ ਇੱਥੇ ਕੋਈ ਘੋੜੀ ਹੈਗੀ ਜਿਹੜੇ ਤੁਰਦੇ ਫਿਰਦੇ ਨੇ ਘੋੜੀ ਬਰਾਬਰ ਲਾ ਕੇ ਚੋਰ ਦੇ ਦਿਖਾ ਦਿਓ ਜੇ ਕੋਈ ਘੋੜੀ ਮੂਹਰੇ ਘੋੜੀ ਮੁਕਤ ਫੜਾ ਦੂੰਗਾ ਜਿਹੜੀ ਬਾਬਾ ਉਹ ਘੋੜੀ ਆ ਤੁਸੀਂ ਕਹਿੰਦੇ ਵੀ ਰੇਸ਼ਾਂ ਵਾਲੀ ਜਿਹੜੀ ਨੇ ਮੋਟਰਸਾਈਕਲ ਜਿੱਤਿਆ ਹਾਂਜੀ ਉਹ ਘੋੜੀ ਨੂੰ ਵੀ ਤੇਜ਼ ਆ ਇਹ ਚਾਲ ਤੁਰਦੀ ਹੈਗੀ ਉਹ ਛਪੱਟਾ ਚ ਅੱਛਾ ਇਹ ਚਾਲ ਇਹ ਰੇਬੀਆ ਚਾਲ ਚ ਚਾਲ ਤੇ ਤੁਰਨਾ ਜੀ ਨੇ ਅੱਛਾ ਮਤਲਬ ਸੋਹਣੀ ਚਾਲ ਹਾਂ ਪੱਟੀ ਦੀ ਨਹੀਂ ਘੋੜੀ ਅੱਛਾ ਅੱਜ ਫਿਰ ਦਿਖਾਉਂਗੇ ਝੱਟ ਹਾਂ ਹਾਂਜੀ ਹਾਂਜੀ ਸ਼ਾਮ ਨੂੰ ਹਨਾ ਹਾਂਜੀ ਹਾਂਜੀ ਕਿੰਨੇ ਵਜੇ ਬਾਬਾ 4:30 ਵਜੇ ਕਰਨਗੇ ਜੀ 4:30 ਵਜੇ ਕੱਲ ਗਈ ਸੀ ਉੱਥੇ ਕਰਮਾ ਵਾਲੀ ਅੱਛਾ 53 ਸਕਿੰਟਾਂ ਚ ਆਈ ਹੈ 53 ਸਕਿੰਟਾਂ ਚ ਹਾਂ 7 ਕਿੱਲੇ ਵਾਈ ਸੀ ਮੈਂ ਨਾਸ਼ੀ ਕਰੀ 7 ਕਿੱਲੇ ਆ ਜੀ ਠੀਕ ਹਾਂ ਦੇਖ ਲਓ ਦੋਸਤੋ ਹਨਾ ਮੈਂ ਤਾਂ ਘੋੜਾ ਵੀ ਏਡਾ ਮਸਾ ਦੇਖਿਆ ਹਨਾ ਆ ਘੋੜੀ ਦਾ ਕੱਦ ਬਹੁਤ ਹੈ ਰੂਹ ਖੁਸ਼ ਹੋ ਗਈ ਬਾਬਾ 10 ਕਿਲੋ ਦੁੱਧ ਅੱਛੇ ਨੂੰ ਚੋਣਾ ਹੈ 10 ਕਿਲੋ ਦੁੱਧ ਫੇਰੀ ਤਰੂਗੀ ਹੁਣ ਮੇਰੇ ਬਚਾਰੀ ਅੱਖ ਤੇ ਖੜਦੀ ਫਿਰ ਤਰੂ ਕਿੱਥੇ ਸਹੀ ਗੱਲ ਹੈ ਸਹੀ ਗੱਲ ਹੈ ਧੰਨਵਾਦ ਬਾਬਾ ਜੀ ਓਕੇ